माशाल्लाह जी, चेक कर लो। तैयार हुई मेहनत नाल तैयार हुंदियां ने, ये नहीं हैगा अच्छ जाके खुरली ते बांध दिए ते पराली अगे सटिए ते आखणे तैयार नहीं होए। लोकां दे शौक पूरे करने ने कमाई अल्लाह देनी है। हड पैर खुले माशाल्लाह, कद काड भी चंगा माशाल्लाह। ओ जानवर अगर तैयार किते जान मोहब्बत नाल, हां ते दिल नु ला के तैयार करो। बिस्मिल्लाहिर्रहमानिर्रहीम, शुरू अल्लाह के नाम से जो बड़ा मेहरबान नहायत रहम करने वाला है। दोस्तों बुजुर्गों, आप देख रहे हैं अपना YouTube चैनल एंड Facebook पेज बिजनेस टॉक्स ऑफिशियल विद एजी अदर। हाँ, Facebook पेज है, तारीख है 18 जनवरी 2024, बरोज जुमेरात, जुमेरात का दिन है। तो भाई इरफान जट साहब के पास इस वक्त मौजूद हूँ। माशाल्लाह बछड़े चेक कर सकते हैं आप, तो वीडियो को मुकम्मल देखना है, वीडियो को आगे पीछे नहीं करना। नया माल है तो आप भी दे सकते हैं, और बीच में चौलसानी भी है, अबलक भी एक जानवर है, माशाल्लाह नहायत ही खूबसूरत है। तो चलते हैं भाई के पास और उसकी जुबानी सब कुछ। अस्सलाम वालेकुम। वालेकुम सलाम जी। सोने वीर की हाल है? अल्लाह का शुक्र है जी। तबीता से ठीक ने? सब तो पहला मेरे वेखना अपना तारफ करवा दो। मेरा नाम इरफान है, जिला उकाड़ा, तहसील दोपालपुर, डाकखाना राजोवाल। राजोवाल तो 2 किलोमीटर ते कौड़े सियाल पेट्रोल चौंकी है, मेन तो 1 किलोमीटर अंदर चौक दोड़ी बलोचा पिंड है मेरा। अच्छा, मेरा नंबर 03-1-98-55-228। अच्छा अच्छा, 98-55-228 चल रहा होगा। हाँ जी चल रहा है। इरफान भाई आज किन्ने बच्चे जे टोटल? आज लेके आए आप जरा ना 15 बच्चों की वड्डी लाट है। अच्छा 15 आ बच्चे ने? हाँ जी 9 बच्चे छोटी लाट है। 9 बच्चे छोटी लाट है। हाँ जी 180 तो लैके 220 केजी तक। अच्छा, 230 तो लैके 260 केजी तक। माशाल्लाह जी बड़ी गल है जी, माशाल्लाह चेक कर सकते हैं तसल्ली दे नाल। आज मेरी फैमिली वास्ते जी जी जट साहब की मोहब्बत ने आप बड़ी वड्डी लाट दा जी। वड्डी लाट दा 1,22,000 रुपया। 1,22,000? हाँ जी। कोई मोहब्बत? मोहब्बत करके 1,21,000 हो जाएगा। 1,000 रुपया मेरे कदर है? 1,000 नहीं है मेरा वीर, 14,000 है। अच्छा 14,000 है। हाँ जी। 15,000 रुपया। ਵੇਖ ਲਿਆ ਜੇ ਫਿਰ ਹੁੰਦਾ ਨਾ ਵਾਧਾ ਘਟਾ? ਨਹੀਂ 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 ਮੇਰਾ ਵੀਰ, ਇੱਕ ਤੋਂ ਆਪਾਂ ਜਾਨਵਰ ਲਿਆਉਣਾ ਚੁਣ ਕੇ, ਜੂੰ ਦਾ ਮਾਲ ਆਪਾਂ ਲੈ ਕੇ ਆਈਦਾ, ਮੰਡੀਆਂ ਦਾ ਮਾਲ ਨਹੀਂ ਹੁੰਦਾ। ਅੱਛਾ ਇਹਦੇ ਚ ਦੋਂਦੇ ਕਿੰਨੇ ਨੇ? ਦੋਂਦੇ ਇਹਨਾਂ ਚ ਹੈਗੇ ਜੇ 4, ਬਾਕੀ ਸਾਰੇ ਪੱਕੇ ਖੀਰੇ ਨੇ, ਵਿਰਲਾ ਪਾਈ ਖਲੇ ਨੇ। ਜੇ ਪੱਕੇ ਖੀਰੇ ਦੋਂਦੇ ਨਹੀਂ ਹੁੰਦੇ ਫਿਰ ਵਿਚਾਰੇ ਪਰੇਸ਼ਾਨ ਹੋ ਗਏ। ਮੇਰਾ ਵੀਰ ਦੋਂਦੇ ਖੀਰੇ ਦੇ ਜਾਣ, ਦੋਂਦੇ ਮੇਰੇ ਕੋਲ ਲੈ ਜਾਣ, ਜਿਹੜੇ ਵਜ਼ਨ ਵਾਲਾ ਦੋਂਦਾ ਖੀਰਾ ਦੇਣਗੇ ਉਸੇ ਵਜ਼ਨ ਚ ਦੋਂਦਾ ਲੈ ਜਾਣ। ਪੱਕੀ ਗੱਲ ਹੈ, ਜਾਣ ਦਾ ਖਰਚਾ ਮੇਰਾ। ਵੀਰ ਜੀ ਫਿਰ ਜ਼ਬਾਨ ਤੋਂ ਫਿਰਨਾ ਨਹੀਂ ਦਾ? ਮੇਰਾ ਵੀਰ ਜ਼ਬਾਨ ਤੋਂ ਫਿਰਿਆ ਕਾਰੋਬਾਰ ਨਹੀਂ ਚੱਲਦੇ। ਪੱਕੀ ਗੱਲ ਹੈ, ਪੱਕੀ ਗੱਲ ਹੈ। ਵਾਹ ਜੀ ਵਾਹ, ਕੀ ਮੁਹੱਬਤਾਂ ਨੇ ਜੜ ਸਾਹਿਬ, ਤੁਸੀਂ ਤੇ ਵਾਕਿਆ ਹੀ। ਅੱਛਾ ਅਗਰ ਕੋਈ 200 ਜਰਾਤ 15 ਲੈ ਜਾਂਦਾ ਜੀ ਜੀ, ਡਿਲੀਵਰੀ ਕਿੰਨਾ ਪੈਂਦਾ? 200 ਕਿਲੋਮੀਟਰ ਤੱਕ। 200 ਕਿਲੋਮੀਟਰ ਅਗਰ ਇੱਕਾ ਦੁੱਕਾ ਲੈ ਜਾਵੇ ਜਾਂ 8 ਲੈ ਜਾਵੇ ਜਾਂ 10 ਲੈ ਜਾਵੇ, ਫਿਰ 11 ਵੀ ਲੈ ਜਾਵੇ ਡਿਲੀਵਰੀ ਉਹਨਾਂ ਦੀ ਹੈ। 15 ਦੀ ਤੁਹਾਡੀ ਹੈ? ਹਾਂਜੀ 15 ਦੀ ਆਪਣੀ ਹੈ, ਕਾਰ ਤੋਂ ਕਾਰ 15, ਬਾਕੀ 20 ਲੈ ਜਾਣ, 30 ਲੈ ਜਾਣ, 50 ਲੈ ਜਾਣ, ਹਾਂ ਜਿੰਨੇ ਲੈ ਜਾਣ, ਡਿਲੀਵਰੀ 15 ਤੋਂ ਥੱਲੇ ਆਪਣੀ ਕੋਈ ਨਹੀਂ ਹੈ। 15 ਤੋਂ ਥੱਲੇ ਨਹੀਂ ਹੈਗੀ। ਮਾਸ਼ਾਅੱਲਾ ਜੀ ਬੱਚੇ ਚੈੱਕ ਕਰ ਸਕਦੇ ਤੇ ਤਸੱਲੀ ਦੇ ਨਾਲ, ਮੇਰਾ ਕੰਮ ਹੈ ਸ਼ੌਕ ਕਰਵਾਉਣਾ। ਹਾਂ ਬੱਚੇ ਆਪਾਂ ਇਹ ਜੀ ਸਾਹਿਬ ਆ ਸਾਈ ਵਾਲ ਨਸਲ ਦੇ ਜੀ। ਅੱਛਾ ਅੱਛਾ, ਲਓ ਜੀ ਚੈੱਕ ਕੀਤੀ ਹੋ ਜੀ। ਇਹ ਜੂੰ ਦੇ ਨੇ ਜਿਹੜਾ ਨਾ ਡੰਗਰ ਠੰਡ ਨਾਲ ਅੱਧਾ ਹੋਇਆ ਖਲਾ। ਅੱਛਾ ਅੱਛਾ, ਆਲੂ ਕੰਡੇ ਤਾਂ ਖਲੇ ਹੋਏ ਖਲੇ ਨੇ, ਕੰਡੇ ਤਾਂ ਖਲੇ ਹੋਏ ਖਲੇ ਨੇ, ਬਾਕੀ ਗਰੋਥ ਕਰਨ ਵਾਲਾ ਜਾਨਵਰ ਹੈ। ਅੱਜ ਇਹ ਜਾਨਵਰ 1,22,000 ਦਾ ਹੈ, 21 ਦਾ ਹੈ, ਇਹਨੇ ਤਾਂ ਅਗਰ ਅਸੀਂ ਮਿਹਨਤ ਕਰਨੇ ਹੈ ਨਾ, ਇਹ ਮੇਰਾ ਵੀਰ ਚੋਖਾ ਨਹੀਂ ਤੇ 3,00,000 3.5 ਲੱਖ ਦਾ ਸੇਲ ਹੋਏਗਾ, ਪੱਕੀ ਗਾਰੰਟੀ ਹੈ। ਹਾਂਜੀ ਡਾਕਟਰ ਸਾਹਿਬ ਵੇਖ ਲਿਆ ਜੇ, ਮੇਰੀ ਫੈਮਿਲੀ ਵਾਸਤੇ ਕੋਈ ਮੁਹੱਬਤ ਹੋਰ ਹੋ ਜਾਣੀ ਹੈ? ਇਹੀ ਸਾਹਿਬ ਆਪਾਂ ਜਿੰਨੀ ਕੋਈ ਮੁਹੱਬਤ ਹੋਈ ਹੈ ਆਪਾਂ ਮੁਹੱਬਤ ਕਰੀ ਦੀ। ਅੱਛਾ ਅੱਛਾ, ਬੰਦਾ ਗਾਰੰਟੀ ਉਹ ਸ਼ਾਇਦ ਹੀ ਦਿੰਦਾ ਜਿਹੜੀ ਸਾਡੇ ਕੋਲ ਚੀਜ਼ ਕਲੀਅਰ ਹੋਵੇ। ਹਾਂ ਸਹੀ ਗੱਲ ਹੈ। ਅੱਛਾ ਇਹ ਤਾਂ ਗੱਲਾਂ ਲਾੜ ਦੀਆਂ ਹੋ ਰਹੀਆਂ ਨੇ, ਅਗਰ ਕਿ 200 ਜਰਾਤ ਜੀ ਜੀ ਬਾਜ਼ ਔਕਾਤ ਹੁੰਦਾ ਹੈ ਜੀ ਜੀ, ਮੇਰੇ ਰੰਗਾ ਮਾੜਾ ਕੋਈ ਦਿਹਾੜੀ ਮਿਹਨਤ ਕਰਕੇ ਕੰਮ ਕਰਾ ਕਰਕੇ ਜੀ ਜੀ ਇੱਕ ਅੱਧਾ ਬੱਚਾ ਲਵੇ, ਫਿਰ ਜਿਵੇਂ ਦਾ ਕੋਈ ਜਾਨਵਰ ਪਸੰਦ ਕਰੇ ਤਾਂ ਉਵੇਂ ਦਾ ਰੇਟ ਹੋਵੇ ਦਾ, ਕੋਈ 1,22,000 ਦਾ, ਕੋਈ 25 ਦਾ, ਕੋਈ 30 ਦਾ, ਕੋਈ 1,18,000 ਦਾ ਵੀ ਹੈ। 1,18,000 ਦਾ ਵੀ ਹੈ? ਹਾਂਜੀ। ਵਾਕਿਆ ਹੀ
ਜਿਹੜਾ ਇਕਲਾ 18 ਦਾ ਆ ਤਾਂ ਨਹੀਂ ਛੋਟਾ ਸਾਈਜ਼ ਜਿਹੜਾ ਥੋੜਾ ਜਿਹਾ ਛੋਟਾ ਸਾਈਜ਼ ਨਹੀਂ ਹੈ ਰੰਗ ਚੈੱਕ ਕਰੋ ਯਾਰ ਥੋੜੇ ਕੱਦ ਐ ਇੰਚੀ ਦੋ ਇੰਚੀ ਦਾ ਫਰਕ ਚੈੱਕ ਹੈ ਹਾਂ ਇੰਚੀ ਦੋ ਫਰਕ ਹੈਗਾ ਹਾਂ ਵੇਖ ਲਾ ਚੈੱਕ ਕਰੋ ਮਾਸ਼ਾਅੱਲਾ ਜੀ ਚੈੱਕ ਕਰ ਲਓ ਚੀਜ਼ ਤਿਆਰ ਹੋਈ ਮਿਹਨਤ ਨਾਲ ਤਿਆਰ ਹੁੰਦੀਆਂ ਨੇ ਇਹ ਨਹੀਂ ਹੈਗਾ ਅੱਜ ਜਾ ਕੇ ਖੁਰਲੀ ਤੇ ਬੰਨ ਦਈਏ ਤੇ ਪਰਾਲੀ ਅੱਗੇ ਸੱਟੀਏ ਤਾਂ ਆਖਣੇ ਤਿਆਰ ਨਹੀਂ ਹੋਏ ਤੇ ਇਰਫਾਨ ਲੈ ਜਾਵੇ ਵਾਪਸ ਇਰਫਾਨ ਲੈ ਜਾਵੇ ਵਾਪਸ ਉਹਵੇਂ ਦਾ ਮਾਲ ਆਪਾਂ ਨਹੀਂ ਤਿਆਰ ਨਾ ਹੁੰਦਾ ਤੇ ਨਾ ਆਪਾਂ ਉਹਦਾ ਵਾਪਸ ਕਰਨਾ ਯਾਨੀ ਕਿ ਖੁਰਾਕ ਚੰਗੀ ਪਾਓਗੇ ਫਿਰ ਹੀ ਬਣਨੇ ਨੇ ਹਾਂਜੀ ਫਿਰ ਬਣਨੇ ਨੇ ਤੇ ਫਿਰ ਹੀ ਉਹਨਾਂ ਜੇਬ ਵੀ ਭਰਨੀ ਹੈ ਅੱਛਾ ਪਰਾਲੀਆਂ ਨਾਲ ਜੇਬਾਂ ਨਹੀਂ ਭਰੀਆਂ कुर्बानी तक क्या बात है जी ਇਧਰ ਫਿਰ ਉਸ ਇੱਥੇ ਰੱਖ ਸ਼ੌਕ ਕਰੋ ਜੀ ਮਾਸ਼ਾਅੱਲਾ ਵਾਹ ਜੱਟਾ ਵਾਹ ਆਇਆ ਤੇ ਛਾ ਗਏ ਲੋਕਾਂ ਦੇ ਸ਼ੌਕ ਪੂਰੇ ਕਰਨੇ ਨੇ ਕਮਾਈ ਅੱਲਾ ਦੇ ਨਹੀਂ ਹੈ ਹੱਡ ਪੈਰ ਖੁੱਲੇ ਮਾਸ਼ਾਅੱਲਾ ਕੱਦ ਕਾਰਡ ਵੀ ਚੰਗਾ ਮਾਸ਼ਾਅੱਲਾ ਇਹ ਮੰਡੀ ਤੋਂ ਲੈ ਜਾ ਮੰਡੀ ਤੇ 1.5 ਲੱਖ ਰੁਪਇਆ ਡਿਮਾਂਡ ਕਰਦੇ ਨੇ ਇਹ ਗੱਲ ਸੱਚੀ ਹੈ ਸੱਟਣ ਵਾਲੀ ਗੱਲ ਨਹੀਂ ਹੈਗੀ ਤੇਰੀ ਇਹ ਝੂਠ ਨਹੀਂ ਹੈਗਾ ਸੱਚੀ ਗੱਲ 100% ਕਿਉਂਕਿ ਕੱਲ ਮੈਂ ਵੀਡੀਓ ਬਣਾਉਂਦਾ ਫਿਰ ਨਾ ਮੈਂ ਗਿਆਨ ਜਦੋਂ ਮੰਡੀ ਦੇ ਲਾਹੌਰ ਮੰਡੀ ਕੱਲ ਗਿਆ ਦੋਸਤ ਜਰਾ ਵੀਡੀਓ ਵੇਖੀਏ ਤੇ ਉੱਥੇ ਬੜੇ ਹਾਲਾਤ ਬੜੇ ਖਰਾਬ ਨੇ ਜੀ ਤੋਬਾ ਤੋਬਾ ਡੇਢ ਬੱਚੇ 1.5 ਲੱਖ ਰੁਪਏ ਮੰਗਦੇ ਨੇ ਇਹ ਤੋਂ ਜ਼ਿਆਦਾ ਵੀ ਮੰਗ ਜਾਂਦੇ ਨੇ ਅੱਛਾ ਠੀਕ ਹੋ ਗਿਆ ਇੱਕ ਆ ਕਾਲਾ ਬ੍ਰਾਂਡ ਚੈੱਕ ਕਰਵਾ ਹਾਂ ਯਾਰ ਫਿਰ ਉਸ ਤੋਂ ਬਾਅਦ ਦੂਜੀ ਸਾਈਡ ਦਾ ਆਪਾਂ ਜਾਣਾ ਹੈ ਜਿਹੜਾ ਚੈੱਕ ਆਖੋ ਤੇ ਆਪਾਂ ਉਹ ਕਰਾਵਾਂਗੇ ਭਰਾਵਾਂ ਦਾ ਸ਼ੌਂਕ ਪੂਰਾ ਕਰਨਾ ਹੈ ਕਮਾਈ ਦੇਣੀ ਹੈ ਰੱਬ ਰੋਜ਼ੀ ਦੇਣੀ ਹੈ ਅੱਲਾ ਨੇ ਲੇਕਿਨ ਭਰਾਵਾਂ ਦੇ ਸ਼ੌਂਕ ਨਾਲ ਰੋਜ਼ੀ ਆਉਂਦੀ ਹੈ ਸ਼ੌਂਕ ਬਣਾਉਣਾ ਤੁਹਾਡਾ ਕੰਮ ਹੈ ਹਾਂਜੀ ਵੀਡੀਓ ਬਣਾਉਣਾ ਇਹ ਜੀ ਦਾ ਕੰਮ ਹੈ ਹਾਂਜੀ ਰੋਜ਼ੀ ਅੱਲਾ ਦੇਣੀ ਹੈ ਰੋਜ਼ੀ ਬਿਲਕੁਲ ਰੋਜ਼ੀ ਅੱਲਾ ਦੇਣੀ ਹੈ ਚੈੱਕ ਕਰ ਲਓ ਮਾਸ਼ਾਅੱਲਾ ਆ ਵੀ ਚੈੱਕ ਕਰੋ ਜੀ 1 ਲੱਖ ਕਿੰਨਾ ਦਿਓਗੇ 1 ਲੱਖ ਮਿਲ ਜਾਵੇ 1,26,000 ਦਾ 1,26,000 ਦਾ ਜੀ ਮੂੰਹ ਕੀ ਦੁੰਦਾ ਖੀਰਾ ਉਹ ਹੈਗਾ ਜੇ ਪੱਕਾ ਖੀਰਾ ਪੱਕਾ ਖੀਰਾ ਵੇਖ ਚੈੱਕ ਕਰ ਲੈ ਜੇ ਪੱਕਾ ਖੀਰਾ ਲਓ ਪੱਕਾ ਖੀਰਾ ਜੀ ਵੇਖ ਲਓ ਜੀ ਮਾਸ਼ਾਅੱਲਾ ਕੀ ਬਾਤ ਹੈ ਜੀ ਆ ਯਾਰ ਉਹ ਦੋ ਬੱਚੇ ਵਾਹ ਆ ਫੜੇ ਕੀ ਬਾਤ ਹੈ ਯਾਰ ਆਈ ਬੱਚੇ ਉਹ ਵਾ ਯਾਰ ਕਿੱਥੋਂ ਕੱਢ ਕੇ ਲੈਣ ਹੈ ਕਿਉਂ ਬੇ ਇਰਫਾਨ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਮਿਹਨਤਾਂ ਨਾਲ ਚੀਜ਼ਾਂ ਮਿਲਦੀਆਂ ਨੇ ਮਿਹਨਤਾਂ ਹਾਂਜੀ ਮਿਹਨਤਾਂ ਹਾਏ 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 ਆ ਚੈੱਕ ਕਰੋ ਹਾਏ 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 ਦੋ ਜਾਨਵਰ ਅਗਰ ਤਿਆਰ ਕੀਤੇ ਜਾਣ ਮੁਹੱਬਤ ਨਾਲ ਹਾਂ ਤੇ ਦਿਲ ਨੂੰ ਲਾ ਕੇ ਤਿਆਰ ਕਰੋ ਤੇ 5-5 ਲੱਖ ਦੇ ਸੇਲ ਹੋਣਗੇ ਵਾਹ ਜੀ ਵਾਹ ਵਾਹ ਜੀ ਵਾਹ ਮਾਸ਼ਾਅੱਲਾ ਵੇਖੋ ਨਖਰੇ ਚੈੱਕ ਕਰੋ ਬੱਚਿਆਂ ਦੇ ਹਾਂਜੀ ਵਾਹ ਜੀ ਵਾਹ ਮਾਸ਼ਾਅੱਲਾ ਇਹ ਪੱਕੇ ਦੋਨੇ ਨੇ ਖੀਰੇ ਨੇ ਇਹ ਪੱਕੇ ਖੀਰੇ ਨੇ ਪੱਕੇ ਖੀਰੇ ਨੇ ਗਰੰਟੀ ਨਾਲ ਦੋਨੇ ਆਉਣਗੇ ਗਰੰਟੀ ਨਾਲ ਹਾਂਜੀ ਮਾਸ਼ਾਅੱਲਾ ਚੈੱਕ ਕਰੋ ਅਗਰ ਕੋਈ ਜੋੜੀ ਲੈਂਦਾ ਹੈ ਅਗਰ ਕੋਈ ਜੋੜੀ ਲਵੇ ਨਾ ਇਹ ਜਾਨਵਰ ਜੋੜੀ ਦਾ 2,70,000 2,70,000 ਹਾਂਜੀ ਮੈਂ ਤਾਂ 2.5 ਲੱਖ ਮੰਗੂ ਏ ਨਹੀਂ 2,70,000 ਅੱਛਾ ਅੱਛਾ 2 ਲੱਖ ਚਾਰ ਮੁਹੱਬਤ ਵੀ ਕਰਾਂਗੇ ਇਨਸ਼ਾਅੱਲਾ ਬੰਦ ਕਰਾਂਗੇ ਅੱਛਾ ਪਿਆਰ ਮੁਹੱਬਤ ਕਰਕੇ ਹਾਂਜੀ ਉਲਫਤ ਪਾ ਕੇ ਹਾਂਜੀ ਆਏ ਕੀ ਬਾਤ ਮਾਸ਼ਾ ਚੈੱਕ ਕਰੋ ਜੀ ਨਾ ਚਾਲਰ ਅਬਲਕ ਨਸਲ ਇਹ ਜਾ ਉੱਥੇ ਮੰਡੀ ਤੇ ਮੇਰਾ ਭਰਾ ਹੁਣ ਮੰਗਦੇ ਨੇ 2 ਲੱਖ ਰੁਪਇਆ ਅੱਛਾ ਹੁਣ ਮੰਨ ਆਪਣਾ ਲਾੜ ਦੇ ਵਿੱਚ ਰੇਟ 1,21,000 ਰੁਪਏ ਲਾੜ ਦੇ ਵਿੱਚ ਭਾਈ ਰੇਟ ਦੇ ਰਹੇ ਨੇ 1,21,000 ਰੁਪਇਆ ਜੀ ਜਾਨਵਰ ਜਿਹੜਾ ਆਖੋ ਤੇ ਆਪੋ ਚੈੱਕ ਕਰਵਾਵਾਂ ਦੇ ਸਾਰੇ ਕੋਨੇ ਨੇ ਹਾਂ ਚਾਰ ਬੱਚੇ ਇਹਨਾਂ ਦੇ ਦੁੰਦੇ ਨੇ ਬਾਕੀ ਸਾਰੇ ਪੱਕੇ ਖੀਰੇ ਨੇ ਗਰੰਟੀ ਨਾਲ ਦੇਵਾਂਗੇ ਆਪਾਂ ਜੀ ਠੀਕ ਹੈ ਸਰ ਹੁਣ ਦੂਜੇ ਮੱਲੇ ਆ ਜਾਈਏ ਲਓ ਜੀ ਛੋਟੇ ਸਾਈਜ਼ ਲੈ ਆਜੋ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਬੱਚਾ ਇਹਨਾਂ ਦਾ ਕੀ ਮੁਹੱਬਤ ਮੰਨ ਰਹੇ ਨੇ ਅੱਛਾ ਇਰਫਾਨ ਭਾਈ ਥੋੜਾ ਥੱਲੇ ਆਜੋ ਤੁਸੀਂ ਜੀ ਜੀ ਮੈਂ ਵਿਖਾਣਾ ਚਾਹਣਾ ਜਿਵੇਂ ਹੁਣ ਆਹ ਬੱਚੇ ਖੜੇ ਨੇ ਹਾਂਜੀ 10 ਇਹ ਬੱਚੇ ਖੜੇ ਨੇ 3 ਤੇ 3 6 ਤੇ 9 ਨੇ 9 ਬੱਚੇ ਨੇ ਇਹਨਾਂ ਬੱਚਿਆਂ ਦਾ ਵਜ਼ਨ ਕਿੰਨਾ ਆਵੇ ਦਾ ਐਵਰੇਜ 180 ਤੋਂ ਲੈ ਕੇ 220 ਕੇਜੀ ਤੇ ਐਵਰੇਜ ਇਹਨਾਂ ਦੀ ਆਵੇ ਦੀ 205 ਤੱਕ ਹਾਂ 205 ਤੱਕ ਆ ਜਾਏ ਹਾਂਜੀ ਤੇ ਇਹਨਾਂ ਬੱਚਿਆਂ ਦਾ ਕੀ ਮੁਹੱਬਤ ਕਰ ਰਹੇ ਜੇ ਇਹਨਾਂ ਬੱਚਿਆਂ ਦਾ ਰੇਟ ਜਿਹੜਾ ਨਾ 92,000 ਦੇ ਪੁੱਠੇ ਨਾਲ ਮਿਲ ਜਾਂਦੇ 100 ਕਿਲੋਮੀਟਰ ਤੱਕ ਡਿਲੀਵਰੀ ਹੈ ਅਗਰ ਇਹ ਕੋਈ 9 ਦੇ 9 ਲ ਜਾਂਦਾ ਤਾਂ ਅੱਛਾ 100 ਕਿਲੋਮੀਟਰ ਤੱਕ ਡਿਲੀਵਰੀ ਆਪਣੀ ਹੈ ਇਹਨਾਂ ਵਿੱਚ 3 ਬੱਚੇ ਦੋਨੇ ਨੇ ਬਾਕੀ ਸਾਰੇ ਪੱਕੇ ਖੀਰੇ ਨੇ ਅੱਛਾ ਬਾਕੀ ਸਾਰੇ ਪੱਕੇ ਖੀਰੇ ਨੇ ਹਾਂਜੀ ਅੱਛਾ ਮਾਸ਼ਾਅੱਲਾ ਜੀ ਆ ਚੈੱਕ ਕਰੋ ਜੀ ਕੋਈ ਦੋਸਤ ਰਾਜ ਸ਼ੱਕੀ ਨਹੀਂ ਹੈ ਨਾ
ਇਹ ਵੀ ਲੈ ਕੇ ਜਾ ਸਕਦੇ ਬਿਲਕੁਲ ਮੁਨਾਸਿਬ ਇਹ 95,000 ਚ ਕੋਈ ਕਮੀ ਪੇਸ਼ੀ ਨਹੀਂ ਹੋਣੀ 92,000 ਅੱਛਾ 92,000 92,000 ਚ ਕਰ ਲਾਂਦੇ ਕਮੀ ਪੇਸ਼ੀ ਲਓ ਜੀ 92,000 ਕਹਿ ਰਹੇ ਉਹਦੇ ਚ ਮੁਹੱਬਤ ਹੋ ਜਾਏਗੀ ਪਿਆਰ ਮੰਡਿਆ ਜਾਏਗਾ ਇਹਦੇ ਕੋਈ ਦਾਗ ਦੱਬਾ ਕੋਈ ਮਸਲਾ ਕੋਈ ਦਾਗ ਦੱਬਾ ਨਹੀਂ ਕਿਸੇ ਅਮਰ ਦਾ ਕੋਈ ਨੁਕਸ ਨਹੀਂ ਕੁਰਬਾਨੀ ਦਾ ਮਾਲ ਹੈ ਅੱਲਾ ਦੇ ਰਾਹ ਤੇ ਆਪਾਂ ਦੇਣਾ ਅੱਲਾ ਨੇ ਅੱਲਾ ਦੇ ਰਾਹ ਤੇ ਦੇਣਾ ਤਿਆਰ ਕਰਕੇ ਲੇਕਿਨ ਅੱਛਾ ਤਿਆਰ ਕਰੋਗੇ ਤੇ ਇਹਨਾਂ ਦੇ ਰੱਬ ਰੋਜ਼ੀ ਦੇਦਾ ਬੇਸ਼ੱਕ ਜੀ ਬੇਸ਼ੱਕ ਜੀ ਇਹਨਾਂ ਚ ਵੀ ਮਾਲ ਜਿਹੜਾ ਨਾ ਇਹਨਾਂ ਜਿੰਨਾ ਕੋ ਗੁੜ ਪਾਓ ਦੇ ਹਿਸਾਬ ਉਹਨਾਂ ਹੀ ਮਿੱਠਾ ਲੱਭਦਾ ਹੈ ਹਾਂ ਇਹ ਤਾਂ ਚੈੱਕ ਕਰ ਲਓ ਹਾਂ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਤਸੱਲੀ ਕਰੋ ਪੂਰੇ ਦੇ ਕੱਦ ਹੈ ਹਾਂ ਤੇ ਪੱਕਾ ਖੀਰਾ ਹੈ ਅੱਛਾ ਅੱਛਾ ਤੇ ਇਨਸ਼ਾਅੱਲਾ ਇਹਨਾਂ ਦਾ ਅਗਰ ਆਪਾਂ ਰੋਣਾ ਪੈਂਦਾ ਮਿਹਨਤ ਕਰਨੇ ਦੁੰਦਾ ਹੈ ਆ ਦੁੰਦਾ ਹੈ ਜੀ ਦੁੰਦਾ ਹੈ ਹਾਂ ਦੁੰਦਾ ਹੈ ਚੈੱਕ ਕਰ ਲਓ ਮੈਂ ਜੀ ਫਿਰ ਵੀ दोबारा फिर दस लाड दे मोहब्बत इधरली 92,000 दी लाड ते परली ए ओ वाली जेडी 1,21,000 दी आ 92,000 दे पुठे नाल इहदी डिलीवरी 100 किलोमीटर तक है उंदी 200 किलोमीटर तक है जी ओके सर बहुत मेहरबानी तुसी कीमती टाइम दित्ता अगर आपको हमारी वीडियो अच्छी लगे तो लाइक कर दे शेयर कर दे दो में याद रखें नेक्स्ट वीडियो तक इंतजार करें अपने भाई अजीज अदा खान को दे इजाजत अस्सलाम वालेकुम व रहमतुल्लाहि व बरकातहू।